आप देख रहे हैं एक्टिव न्यूज। एक्टिव न्यूज देखने वाले सभी दर्शकों का मैं सुरेश पठानिया खबरों के इस बुलेटिन में स्वागत करता हूं। पंजाब के पठानकोट जिले के सामुदायिक लीडरों व फील्ड में कार्यरत लोगों के लिए कम्युनिटी लेड सैनिटेशन हेतु एक दिवसीय वर्कशॉप का आयोजन किया गया, जिसमें खुले में शौच करने वाले लोगों के लिए सरकारी सहायता से बनाए जा रहे शौचालयों के लिए लोगों को प्रेरित करने व अपने गांव, जिले व प्रदेश को खुले में शौच से मुक्त करने, मूल रूप से लोगों की खुले में शौच संबंधी सोच बदलने के लिए तैयार किया जा सके व लक्ष्यों को प्राप्त किया जा सके, विषय संबंधी पठानकोट से राकेश शर्मा की एक रिपोर्ट। दसो भी आपा क्यों नहीं कर पाए, महसूस की है कि एरिया जरा एरिया देख के ना ਇਹਦਾ ਉਹ ਸਰਵੇ ਨਹੀਂ ਕੀਤਾ ਗਿਆ, ਜਿੱਦਾਂ ਕਿ 3 ਫੁੱਟ ਦਾ ਟੋਆ ਜਿਹੜਾ ਨੇ ਲੀਜ਼ ਪਿੱਟ ਬਣਾਇਆ ਪਹਿਲੇ। ਚਲੋ ਠੀਕ ਹੈ, ਤਾਂ ਹੀ ਤੁਹਾਡੇ ਤੋਂ ਪੁਆਇੰਟਸ ਪੁੱਛ ਰਹੇ ਨਾ, ਬਿਕੋਜ਼ ਮੈਨੂੰ ਨਹੀਂ ਲੱਗਦਾ ਵੀ ਕੋਈ ਅਸੀਂ ਨਵੀਂ ਚੀਜ਼ ਹੈ ਵੀ ਜੋ ਅਸੀਂ ਘਰ ਬਣਾ ਕੇ ਬੋਲੇ। ਹਾਂ ਘਰ ਬਣਾ ਕੇ ਤੇ ਮੈਂ ਤਾਂ ਬਹੁਤ ਵਧੀਆ ਪਾਣੀ ਪੁੱਤਾਂ ਨੂੰ ਨਹੀਂ ਆਉਂਦਾ। ਮੈਂ ਕਿਤਾ ਦੇ ਕੁਝ ਕਮੀਆਂ ਆ ਰਹੀ ਨੇ, ਨਾਕਾ ਕਰੀ ਰਹੀ। ਗਰੀਬ ਕੋਲ 15,000 ਮੈਂ ਖੁਦ ਹੀ ਟੁੱਟਾ ਤਿਆਰ ਕਰੀ ਹੈ, 35,000 ਵੀ ਨਾਲ ਵੀ ਹੈਗਾ ਜੀ, ਕਿਉਂਕਿ ਗਰੀਬ ਆਦਮੀ ਦੇ ਐਸੇ ਨਹੀਂ ਕੋਈ ਪੈਸੇ ਨਹੀਂ ਹੁੰਦੇ। मतलब सब तो पहले सामने बड़ा क्लियर होना चाहिए सारे कम्युनिटी लीडर रखे हैं कि ये प्रॉब्लम है या नहीं है। तुसी की समझते हो, क्या बाहर जाना प्रॉब्लम है? तो मतलब आज तो पहले मैं वैसे थैंक्स टू मोदी साहब, पता नहीं किवें आज तो 3-4 साल पहले या 3 साल पहले भी एक एनु प्रॉब्लम मनिया गया कि ये प्रॉब्लम है, नहीं तो पहले एनु कभी प्रॉब्लम मनिया ही नहीं गया। जेड़े जिम्मेदार पैलियां वाले बैठन भी नहीं दिंदे। मेरे बंदे लखनऊ टॉयलेट जिहड़ा है वह बरसन आप अपने आप बनवाए, उन्हों है ना सरकार सहयोग दे सकती है, बनाना सिर्फ पहला स्टेप है ना, उस तो अगे उन्हों टॉयलेट नू मेंटेन करना है, मेंटेन करके वो हैबिट्स डेवलप करनी है, वो आदतें डेवलप करनी है कि जिदे नाल वो टॉयलेट यूज होए ना, कि वो स्टोर रूम बन जाए या कुछ है। अगर वो बाथरूम टॉयलेट बन रहा है वो और अच्छा है ना, चीज असीं सोच रहे गवर्नमेंट कर रही है, गवर्नमेंट कर रही है, गवर्नमेंट नू करना चाहिए। नो, इट इज नॉट लाइक दिस। कम्युनिटी लेड टोटल सैनिटेशन है भाई, वो साडी आप दी है, अगली जिहड़ी जनरेशन है और पढ़ी लिखी जनरेशन है, अगर वो पढ़ी लिखी जनरेशन है तो वो बाहर नहीं जाना पसंद करेगी, उन्हें यह अवेयरनेस है कि भी है किचन और बाथरूम दोनों बहुत साफ होने चाहिए। तो 5 फार्म है तो सारे भरे गए हैं, कोई गल नहीं, जिन्ना ने भरया जी वो सारे आ गए आ गए, कोई नहीं रिया ਕੰਮ ਤਾਂ ਲੱਗਿਆ ਟਾਈਟਲ ਦਾ ਸਿਰਫ 500 ਉਹ ਅਜੇ ਪੈਸਿਆਂ ਕਰਕੇ ਸਟੈਪ ਬਾਈ ਸਟੈਪ ਆਏ ਨੇ ਪਿੰਡ ਦੇ ਵਿੱਚ। ਦੇਖੋ ਜੀ ਗੱਲ ਇਹ ਕਿ ਅਸੀਂ ਤੇ ਗਰਾਊਂਡ ਲੈਵਲ ਦੀ ਗੱਲ ਕਰਦੇ ਹਾਂ, ਜੇ ਆਏ ਆ ਤਾਂ ਗੱਲ ਕਰਨੀ ਹੈ। ਨਹੀਂ ਨਹੀਂ ਵੀ ਤੁਹਾਨੂੰ ਬਿਮਾਰੀਆਂ ਤੋਂ ਥੋੜੀ ਜਿਹੀ ਰਾਹਤ ਮਿਲ ਜਾਵੇ ਇਮੀਡੀਏਟਲੀ, ਬਾਕੀ ਵੀ ਬਣਨੀ ਆ। ਮੇਰੇ ਨਹੀਂ ਚੁੱਭ ਰਿਹਾ ਨਾ ਇਹਨਾਂ ਦੇ ਚੁੱਭ ਰਿਹਾ, ਓਨਲੀ ਦਾ ਬੇਅਰਰ ਨੋਜ਼ ਵੇਅਰ ਦਾ 2 ਇੰਚਸ ਪਰ ਰਿਟ, ਤੇ ਤੁਸੀਂ ਇਹਨਾਂ ਨੂੰ ਰਲ ਕੇ ਜੋ ਤੁਹਾਡੇ ਐਸਡੀਓ ਸਾਹਿਬਾਨ ਨੇ ਜਾਂ ਕੁਛ ਹੈ ਉਹਨਾਂ ਨਾਲ ਕਰਕੇ ਤੇ ਤੁਸੀਂ ਉਹਨੂੰ ਕਰਾਓ ਠੀਕ, ਔਰ ਮੈਂ ਪੂਰਾ ਸਹਿਯੋਗ ਦਿੰਦੇ ਨਹੀਂ ਪੂਰਾ ਸਹਿਯੋਗ ਦੋ ਦੀ ਔਰ ਕਰਾਓ ਸਭ ਦਾ। ਮੈਂ ਕਿਹਾ ਐਸਾ ਆਪਣਾ ਸਿਸਟਮ ਆਨਲਾਈਨ ਹੈ ਕਿ ਅਸੀਂ ਉਹ ਕਰ ਲਿੱਤਾ, ਉਸ ਤੋਂ ਬਾਅਦ ਉਹਨਾਂ ਦਾ ਕੀ ਹੈ ਕਿ ਉਹ ਕਰਨ ਤੋਂ ਬਾਅਦ ਦੱਸਤਾ ਵੀ ਇਹ ਇਹਨੂੰ ਹੋ ਗਿਆ। ਅਕੜ ਕਰ ਚੂਤੇ ਮਾਰੂ ਔਰ ਫਿਰ ਤੁਰਦੇ ਮੇ ਭਰਵਾ ਲੂੰ, ਭੁੱਕਾ ਮਜਤਾ ਮਚੇ ਸਵੇਰੇ ਨਿਪਟਾ ਦੇ ਕੰਮ ਅੰਧੇਰੇ। ਉਹ ਦੂਸਰਿਆਂ ਦੇ ਬਾਹਰ ਜਾਂਦੇ ਆ ਤੇ ਕੀ ਫਰਕ ਪੈਂਦਾ, ਜਾਂਦੇ ਨਾ
ਉਹਨਾਂ ਨੂੰ ਅਸੀਂ ਕਹਿੰਦੇ ਇਸ ਤਰ੍ਹਾਂ ਸਮਝਾਉਂਦੇ ਆ ਕਿ ਉਹ ਜਾਂਦੇ ਆ ਤੇ ਜਿਹੜੀਆਂ ਮੱਖੀਆਂ ਪੈਂਦੀਆਂ ਨੇ ਉਹਨਾਂ ਤੇ ਨਹੀਂ ਦੇਖਣਾ ਵੀ ਤੁਹਾਡੇ ਘਰ ਲੈਟਰਿਨ ਬਣੀ ਆ ਤੇ ਇਹਨਾਂ ਦੇ ਘਰ ਲੈਟਰਿਨ ਬਣ ਚੁੱਕੀ ਹੈ ਇਹਨਾਂ ਤੇ ਨਹੀਂ ਜਾਣਾ ਤੁਹਾਡਾ 5 ਸਾਲ ਤੋਂ ਘੱਟ ਉਮਰ ਦੇ ਲਗਭਗ 100,000 ਬੱਚਿਆਂ ਦੀ ਮੌਤ ਜਿਹੜੀ ਹੈ ਕੱਸਾਂ ਕਰਕੇ ਹੁੰਦੀ ਹੈ ਡਾਰੀਏ ਕਰਕੇ ਹੁੰਦੀ ਹੈ ਇਹਨਾਂ ਤੋਂ ਇਸ ਤੋਂ ਨਿਯਾਦ ਪਾਉਣੀ ਔਰਤ ਜਿਹੜੀ ਘਰ ਦੀ ਮਾਨ ਮਰਿਆਦਾ ਸਮਝੀ ਜਾਂਦੀ ਹੈ ਜਿਹੜੇ ਪਰਿਵਾਰ ਦੀ ਖਾਨਦਾਨ ਦੀ ਇੱਜ਼ਤ ਸਮਝੀ ਜਾਂਦੀ ਹੈ ਉਹ ਖੇਤਾਂ ਦੇ ਵਿੱਚ ਬਾਹਰ ਲੈਟਰਨ ਵਾਸਤੇ ਜਾਏ ਤੇ ਕਿੰਨੀ ਨਮੋਸ਼ੀ ਦੀ ਗੱਲ ਹੈ ਘਰ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਣਾ ਔਰਤ ਦੀ ਇੱਜ਼ਤ ਨੂੰ ਕਾਇਮ ਰੱਖਣਾ ਜਿਹੜਾ ਸਾਡਾ ਸਮਾਜ ਦਾ ਹਿੱਸਾ ਹੈ ਜਾਂ ਜਿਹੜੇ ਨੇਤਾ ਨੇ ਅੱਗੇ ਰਾਜਨੀਤਿਕ ਪਾਰਟੀਆਂ ਦੇ ਜਾਂ ਜਿਹੜੇ NGO ਨੇ ਇਹਨਾਂ ਦੀ ਭੂਮਿਕਾ ਬਣ ਜਾਂਦੀ ਹੈ ਵੀ ਇਹ ਆਪਣਾ ਰੋਲ ਅਦਾ ਕਰਨ ਲੋਕਾਂ ਨੂੰ ਸੁਚੇਤ ਕਰਨ ਲੋਕਾਂ ਨੂੰ ਆ ਕੇ ਅਗਵਾਈ ਦੇਣ ਇਹ ਚੀਜ਼ ਜਿਹੜੀ ਹੈ ਉਹਨਾਂ ਵਿੱਚ ਕੀ ਅਮਰੀਕਨ ਜਿਹੜੇ ਹੈ ਜਾਂ ਕੈਨੇਡੀਅਨ ਜਾਂ ਜਿਹੜੀ ਕੰਟਰੀ ਜਾ ਕੇ ਆਏ ਆ ਗਿਆ ਉਦੋਂ ਇੱਕ 100 ਮੀਟਰ ਪਹਿਲਾਂ ਬ੍ਰੇਕ ਵੱਜ ਜਾਏਗੀ ਕੋਈ ਟ੍ਰੈਫਿਕ ਵਾਲਾ ਨਹੀਂ ਖੜਿਆ ਹੁੰਦਾ ਉੱਥੇ ਕੋਈ ਉਹਨੂੰ ਰੋਕ ਨਹੀਂ ਲਿਆਉਂਦਾ ਜਿਨ੍ਹਾਂ ਦੇ ਵਿੱਚ ਤੁਹਾਡੀ ਬਹੁਤ ਵੱਡੀ ਭੂਮਿਕਾ ਹੈਗੀ ਹੈ ਤੁਹਾਡੇ ਸਹਿਯੋਗ ਨਾਲ ਕਮਿਊਨਿਟੀ ਦੇ ਸਕੂਲ ਸਹਿਯੋਗ ਤੋਂ ਬਿਨਾਂ ਇਹ ਅਸੀਂ ਨਹੀਂ ਅਚੀਵ ਕਰ ਸਕਦੇ 1/8/2017 ਨੂੰ ਮਕਸੀਪਾ ਵੱਲੋਂ ਪੰਜਾਬ ਇੱਥੇ ਆਪਣੇ DAC ਕੰਪਲੈਕਸ ਦੇ ਵਿੱਚ ਟ੍ਰੇਨਿੰਗ ਕੈਂਪ ਲਾਇਆ ਗਿਆ ਜਿਸ ਦੇ ਵਿੱਚ ਲੋਕਾਂ ਨੂੰ ਇਹ ਦੱਸਿਆ ਗਿਆ ਪਿੰਡ ਦੇ ਸਰਪੰਚਾਂ ਨੂੰ ਹੋਰ ਪਿੰਡ ਦੇ ਮੋਹਤਵਾਰ ਆਪਣੇ ਜਿਹੜੇ ਜੋ ਪੋਲੀਟੀਕਲ ਬੰਦੇ ਸੀਗੇ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਟੋਇਲਟ ਕੰਸਟਰਕਸ਼ਨ ਜਿਹੜੀ ਹੈ ਟੋਇਲਟਾਂ ਨੂੰ ਬਣਾਉਣਾ ਪਿੰਡਾਂ ਦੇ ਵਿੱਚ ਬਹੁਤ ਜ਼ਰੂਰੀ ਹੈ ਅਤੇ ਇਹ ਅਗਰ ਜਲਦੀ ਤੋਂ ਜਲਦੀ ਬਣਾਵਾਂਗੇ ਤਾਂ ਪਿੰਡ ਨੂੰ ਆਪਣਾ ਇੱਕ ODF ਕਰਾਂਗੇ ਫਿਰ ਉਸ ਤੋਂ ਬਾਅਦ ਸਾਰਾ ਡਿਸਟ੍ਰਿਕਟ ਜਲਦੀ ਤੋਂ ਜਲਦੀ ODF ਹੋਏਗਾ ਸਰਕਾਰ ਵੱਲੋਂ ਇਸਦਾ ਟੀਚਾ ਦਿੱਤਾ ਗਿਆ 31 ਮਾਰਚ 2018 ਅਤੇ ਕੋਸ਼ਿਸ਼ ਹੈਗੀ ਜਿਹੜੀ 31 ਮਾਰਚ ਤੋਂ ਪਹਿਲੇ ਹੀ ਪਿੰਡ ਪੂਰੇ ਡਿਸਟ੍ਰਿਕਟ ਨੂੰ